ਹਾਈ ਗਾਈਜ਼, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਮਾਈ ਨਿਊ ਵਲੌਗ। ਇਹ ਆਟਾ ਕਿਵੇਂ ਅੱਜ ਪੀਲਾ ਪੀਲਾ ਕਿਵੇਂ ਲੱਗਦਾ ਪਿਆ? ਅੱਛਾ, ਦਾਲ ਵਿੱਚ ਪਾਤੀ, ਇਹ ਬਣ ਗਈ ਹੋਣਾ, ਮਿੱਸੀ ਰੋਟੀ ਬਣ ਜਾਏਗੀ ਹੈ ਨਾ? ਠੀਕ ਆ, ਚਲੋ ਇਹ ਵੀ ਆਈਡੀਆ ਠੀਕ ਹੈ। ਆਟਾ ਗੁੰਨ ਕੇ ਹੁਣ ਭਾਂਡੇ, ਫਿਰ ਇਸ ਤੋਂ ਬਾਅਦ ਹੈਂ ਲੱਗੇ ਰਹੋ। ਆਟਾ ਗੁੰਨ ਕੇ ਤਿਆਰ ਹੈ, ਹੁਣ ਇਹਦੇ ਬਣਨੀਆਂ ਰੋਟੀਆਂ। ਹੈਂ ਰੋਟੀ ਬਣਾਉਣੀ ਆ? ਹਾਂ ਬਣਾ ਜਾ। ਆਖਿਆ ਮੇਰੀ ਚਾਹ ਗਰਮ ਕਰ ਦੇ, ਤੇ ਚਾਹ ਵੇਖੀ ਬਾਹਰ ਕਿਵੇਂ ਡੋਲਦੀ। ਇਹੀ ਚਾਹ ਮੇਰੇ ਤੋਂ ਡੁੱਲੀ ਹੁੰਦੀ ਜਾਂ ਕਿਵੇਂ? ਕਹਿਰ ਆ ਜਾਣਾ ਸੀ, ਹੁਣੇ ਕਹਿਰ ਆ ਜਾਣਾ ਸੀ। ਠੀਕ ਹੈ, ਆਪ ਤੇ ਡੁੱਲ ਗਈ ਤਾਂ ਕਹਿੰਦੀ ਡੁੱਲ ਗਈ, ਕੋਈ ਗੱਲ ਨੀ, ਇਹ ਵੀ ਗੱਲ ਸਾਫ਼ ਕਰਨੀ ਆ ਮੈਂ ਹੀ, ਤੇ ਮੇਰੇ ਤੋਂ ਡੁੱਲੀ ਹੁੰਦੀ ਰਹੀ, ਫਿਰ ਉਹ ਵੀ ਤਾਂ ਤੂੰ ਸਾਫ਼ ਕਰਨੀ, ਫਿਰ ਕਿਤੇ ਕੱਸ ਜਾਂਦੀ ਤੂੰ, ਫਿਰ ਤਾਂ ਰੌਲਾ ਪਾਉਣਾ ਸੀ। ਵੇਖ ਲਓ ਕਿੰਨਾ ਫਰਕ ਹੈ, ਚਾਹ ਵੀ ਬਾਬਾ ਤੇਰੀ ਡੁੱਲੀ ਹੈ, ਥੋੜ੍ਹੀ ਮੋਟੀ ਵੀ ਨਹੀਂ। ਚਲੋ ਠੀਕ ਹੈ। ਹਾਂਜੀ ਗਾਇਜ਼, ਨਵਦੀਪ ਆ ਗਈ ਝਿੜਕਾਂ ਝੁੜਕਾਂ ਖਾ ਕੇ। ਡਰੈਸ ਕੱਲ੍ਹ ਦੀ ਅੱਜ ਚੇਂਜ ਕਰੀ ਹੈ, ਵੇਖ ਲੈ ਕਿਉਂ ਹੈ। ਅਸੀਂ ਜਾਂਦੇ ਹਾਂ ਹੁਣ ਵੋਟ ਪਾਉਣ, ਅੱਜ ਵੋਟਾਂ ਪੈ ਰਹੀਆਂ ਨੇ, ਤੇ ਵੋਟ ਆਪਣਾ ਹੱਕ ਹੈ, ਤੇ ਆਪਾਂ ਪਾ ਕੇ ਆਉਂਦੇ ਹਾਂ ਜੀ। ਗਾਇਜ਼, ਅਸੀਂ ਵੋਟ ਪਾਉਣ ਗਏ ਸੀ ਅਤੇ ਆਧਾਰ ਕਾਰਡ ਭੁੱਲ ਗਏ ਘਰੇ, ਮੇਰਾ ਤਾਂ ਮੇਰੇ ਕੋਲ ਹੈਗਾ ਸੀ, ਮਨਪ੍ਰੀਤ ਦਾ ਘਰੇ ਰਹਿ ਗਿਆ ਸੀ, ਹੁਣ ਲੈ ਕੇ ਦੁਬਾਰੇ ਫਿਰ ਚੱਲੇ ਹਾਂ ਜੀ। ਲਓ ਜੀ ਗਾਇਜ਼, ਆਪਾਂ ਵੋਟ ਪਾ ਤੀ ਹੈ, ਅਤੇ ਇੱਧਰ ਆ ਲੈ, ਅੱਧ ਨੂੰ ਦਿਖਾ, ਸਹੀ ਹੈ ਨਿਸ਼ਾਨ ਉਂਗਲ 'ਤੇ ਲੱਗ ਗਿਆ, ਠੀਕ ਹੈ। ਚਲੋ ਵੋਟ ਆਪਣਾ ਅਧਿਕਾਰ ਹੈ, ਜ਼ਰੂਰ ਪਾਉਣੀ ਚਾਹੀਦੀ ਹੈ। ਆਹ ਦੇਖੋ ਕਿੰਨੇ ਸੋਹਣੇ ਬਣਾ ਰੱਖਾ, ਡੈਕੋਰੇਸ਼ਨ ਕਰ ਰੱਖਾ, ਪਤੰਗਾਂ, ਪੱਖਾ, ਆਹੋ ਨੱਚਦੇ ਪਏ ਨੇ ਢੋਲ ਢੋਲ ਲੈ ਕੇ, ਸੋਹਣਾ ਸਜਾ ਰੱਖਾ। ਚੱਲੀਏ, ਆਪਣੇ ਕੋਲ ਕੁਰਸੀਆਂ ਪਈਆਂ ਨੇ ਇੱਥੇ ਖਾਲੀ, ਸਵੇਰੇ ਬੈਠੇ ਹੋਣੇ ਇੱਥੇ ਹੈ ਨਾ ਸਾਰੇ, ਇਹ ਸਰਕਾਰੀ ਸਕੂਲ, ਹਾਂ ਰਾਤ ਨੂੰ ਪ੍ਰੋਗਰਾਮ ਹੋਣਾ ਇੱਥੇ, ਇਹ ਸਰਕਾਰੀ ਸਕੂਲ ਹੈ ਮੁੰਡਿਆਂ ਵਾਲਾ, ਹਾਂ ਇੱਥੇ ਪੜ੍ਹਦੇ ਪੜ੍ਹਦੇ ਲੱਗੇ ਹੋਣੇ ਸਾਰੇ ਲਾਹ 'ਤੇ ਹੁਣ ਤਾਂ। ਇੱਧਰ ਆ ਵੀ ਵੋਟ ਪਾਉਣ ਆ ਰਹੇ ਨੇ ਜਿੰਨੇ ਵੀ ਨੇ, ਵੋਟ ਆਪਣਾ ਅਧਿਕਾਰ ਹੈ ਭੈਣ ਜੀ, ਕਿੰਨੇ ਔਖੇ ਹੋ ਕੇ ਆ ਰਹੇ ਨੇ, ਜ਼ਰੂਰੀ ਹੈ ਵੀ। ਇੱਧਰਲੇ ਪਾਸੇ ਵੋਟਾਂ ਦੀਆਂ ਪਰਚੀਆਂ ਦਿੰਦੇ ਨੇ, ਇੱਥੇ ਵੀ ਵੋਟਾਂ ਦੀਆਂ ਪਰਚੀਆਂ ਨੇ ਸਾਰੇ। ਇਹ ਵੋਟਾਂ ਦੀਆਂ ਪਰਚੀਆਂ ਵਾਸਤੇ ਨੇ ਸਾਰੇ ਖੜੇ ਨੇ। ਹੁਣ ਮੈਂ ਮੰਮੀ ਨੂੰ ਲੈ ਕੇ ਜਾਂਦਾ ਵੋਟ ਪਵਾਉਣ, ਪਹਿਲਾਂ ਦੋ ਗੇੜੇ ਪਹਿਲਾਂ ਲੱਗ ਗਏ, ਤੀਜਾ ਆਉਣਾ। ਗਾਇਜ਼, ਮੰਮੀ ਵੀ ਆ ਗਈ ਵੋਟ ਪਾ ਕੇ, ਇੱਥੇ ਖੜੇ ਨੇ। ਉਂਗਲ ਦਿਖਾਈ ਕਿਹੜੇ 'ਤੇ ਨਿਸ਼ਾਨ ਲਾਇਆ? ਚਲੋ ਵੋਟ ਬਹੁਤ ਜ਼ਰੂਰੀ ਹੈ, ਵੋਟਾਂ ਪੈ ਗਈਆਂ ਆਪਣੀਆਂ, ਚਲੋ ਜੀ ਚੱਲੀਏ ਹੁਣ, ਆ ਜਾ ਮੰਮਾ ਚੱਲੀਏ, ਹੁਣ ਚੱਲਦੇ ਹਾਂ ਜੀ ਘਰੇ। ਅਸੀਂ ਵੋਟ ਪਾ ਕੇ ਆ ਗਏ ਘਰੇ, ਹੁਣ ਕੱਪੜੇ ਇਕੱਠੇ ਕਰੇ ਜਾ ਰਹੇ ਨੇ, ਚਲੋ ਇਸ ਤੋਂ ਬਾਅਦ ਫਿਰ ਖਾਣਾ ਪੀਣਾ ਸਟਾਰਟ ਹੋ ਜਾਣਾ, ਠੀਕ ਹੈ। ਉਸ ਤੋਂ ਬਾਅਦ ਘੰਟਾ ਕੁ ਪਵੇਗਾ, ਘੰਟਾ ਦੋ ਘੰਟੇ ਫਿਰ ਚਾਹ, ਠੀਕ ਹੈ। ਪਰ ਹੁਣ ਆਪਾਂ ਸਾਗ ਕੱਟਦੇ ਹਾਂ, ਸਾਗ ਕੱਟ ਕੇ ਉਹ ਕਰਦੇ ਹਾਂ, ਸਾਗ ਮੈਂ ਆਪਣੇ ਸਟਾਈਲ 'ਚ ਕੱਟਾਂਗਾ, ਜਿਵੇਂ ਉਹ ਕੱਟਦਾ ਉਹਨਾਂ ਨਾ ਵੈਜੀਟੇਬਲ ਵਗੈਰਾ ਦੁਕਾਨ ਵਾਸਤੇ ਉਵੇਂ।
ਲਿਆਓ ਚੱਕ ਕੇ ਕਿੱਥੇ ਬਹਿ। ਰੋਟੀਆਂ ਆ ਗਈਆਂ ਨੇ ਆਪਣੀਆਂ, ਮਿੱਸੀ ਰੋਟੀ ਨਾਲ ਦਹੀਂ ਛੱਕ ਰਿਹਾ ਹੁਣ, ਬੈਂਚ ਰੱਖਤਾ ਇੱਥੇ। ਹਾਂਜੀ ਡੈਡੀ ਅਤੇ ਦਾਦੀ ਜੀ ਇੱਥੇ ਆਟਾ ਆਟਾ ਬੋਲਦੀ ਹੈ ਸਰੀ ਸਾਗ ਸਾਗ ਆਟਾ ਪਹਿਲਾਂ ਮਤਲਬ ਇਹ ਸਰਦੀਆਂ ਨੇ। ਅੱਛਾ ਚਲੋ ਹੁਣ ਮੈਨੂੰ ਕੰਮ ਮਿਲਿਆ ਆ ਸਾਰੇ ਭਾਂਡੇ ਧੋਣੇ ਨੇ। ਚਲੋ ਮੰਮੀ ਤਾਂ ਇੱਥੇ ਸੋ ਗਈ। ਸਾਗ ਦੀ ਕਟਿੰਗ ਹੋ ਗਈ ਹੈ ਗਾਇਜ਼, ਤੇ ਆਪਾਂ ਇਹ ਸਾਗ ਬਣਾਵਾਂਗੇ ਅੱਜ, ਨਜ਼ਾਰਾ ਆ ਜਾਏਗਾ ਰੋਟੀ ਖਾਣ ਲੱਗਾ। ਇੱਥੇ ਜਵਾਕ ਖੇਡੀ ਆਉਂਦੇ ਨੇ, ਹਰਮਨ ਦੋਸਤ ਸਾਰੇ ਖੇਡੀ ਆਉਂਦੇ ਨੇ। ਇੱਧਰ ਵੀ ਕੀ ਖੇਡਦੇ ਪਏ, ਬੈਟ ਬੈਟ ਬੋਲ ਖੇਡਦੇ ਪਏ ਨੇ। ਸਾਗ ਨੂੰ ਤੜਕਾ ਲਾਉਣ ਵਾਸਤੇ ਲੈਣ ਆ ਗਏ ਪਿਆਜ਼ ਮਿਰਚਾਂ ਅਤੇ ਟਮਾਟਰ, ਇਹ ਚੀਜ਼ਾਂ ਲੈਣ ਆ ਗਏ। ਹੋ ਗਿਆ ਕੰਮ, ਹੁਣ ਚੱਲਦੇ ਆਪਾਂ ਘਰੇ ਜੀ। ਹਾਂਜੀ ਮੰਮੀ ਮੇਰੀ ਬਾਜ਼ਾਰ ਗਏ ਸੀ ਅੱਜ, ਅਤੇ ਉਹਨਾਂ ਨੇ ਸੂਟ ਲੈ ਕੇ ਆਉਂਦਾ, ਦਿਖਾਉਂਦੀ ਹਾਂ ਤੁਹਾਨੂੰ, ਰੰਗ ਵੀ ਬਹੁਤ ਵਧੀਆ। ਆਹ ਦੇਖੋ ਆਹ ਵਾਲਾ ਸੂਟ, ਰੰਗ ਬਹੁਤ ਵਧੀਆ। ਮੈਨੂੰ ਤੁਹਾਨੂੰ ਤਾਂ ਰੰਗ ਕਿਹੜਾ ਹੈਗਾ, ਪਿੰਕ ਕਿਹੜੇ ਰੰਗ ਦੇ ਵੀਰੇ? ਆਹ ਗੁੱਸੇ ਹੋ ਰਿਹਾ ਮੇਰੇ ਨਾਲ, ਇੱਧਰ ਕਰੀ ਜਿਹੜਾ। ਅਸੀਂ ਬਣਾਇਆ ਸੀ ਸਾਗ, ਅਤੇ ਅਸੀਂ ਟੇਸਟ ਕਰਕੇ ਦੇਖਿਓ ਇੰਨਾ ਕੌੜਾ ਨਿਕਲਿਆ ਨਾ, ਹੈ ਮੰਮੀ ਸਾਰਾ ਮੂਡ ਖਰਾਬ ਕਰਦਾ ਮੇਰਾ ਤਾਂ। ਹਲੋ ਜੀ ਸਵੇਰ ਦੀ ਤੜਕਾ ਲਾ ਕੇ ਖਾਵਾਂਗੇ ਜੀ। ਇੱਥੇ ਮੇਰਾ ਰਾਤ ਡਿਨਰ ਲੱਗ ਗਿਆ 8 ਵਜੇ, ਲੱਸੀ ਤੇ ਨਾਲ ਦਾਲ ਦੀ ਰੋਟੀ ਸਵੇਰ ਦੀ ਹੈ। ਜਾ ਵੀਰ ਬੁਲਾਈ ਜਾਂਦੇ ਨੇ ਤੈਨੂੰ। ਹਾਏ ਗਾਇਸ, ਆਪਣਾ ਖਾਣਾ ਪੀਣਾ ਹੋ ਗਿਆ, ਅਤੇ ਅੱਜ ਨਾ ਬਣਾਇਆ ਸੀ ਸਾਗ, ਬੜੇ ਸ਼ੌਂਕ ਨਾਲ ਕੱਟਿਆ, ਬੜੇ ਸ਼ੌਂਕ ਨਾਲ ਬਣਾਇਆ, ਅਤੇ ਕੌੜਾ ਨਿਕਲਿਆ ਜਾ, ਬਿਲਕੁਲ ਮੂਡ ਖਰਾਬ ਹੋ ਗਿਆ। ਹੋਰ ਕੀ, ਇਹ ਤਾਂ ਬੜੇ ਸ਼ੌਂਕ ਨਾਲ ਬਣਾਇਆ ਸੀ, ਬੜੇ ਸ਼ੌਂਕ ਨਾਲ ਮੈਂ ਕਿਹਾ ਖਾਵਾਂਗੇ, ਪਰ ਉਹ ਕੌੜਾ ਨਿਕਲਿਆ ਸਾਗ, ਬਿਲਕੁਲ ਕੁੜਾਂਦਲ ਜਮਾਂ ਕੌੜਾ। ਵੈਸੇ ਮੈਂ ਕੁਛ ਖਾਧਾ ਫਿਰ ਵੀ, ਪਰ ਮੱਖਣੀ ਪਾ ਕੇ ਵਿੱਚ ਥੋੜ੍ਹਾ ਸੈੱਟ ਹੋ ਗਿਆ ਸੀ ਫਿਰ ਖਾਧਾ। ਆਹ ਕੀ ਚੱਕਰ ਬੈਠੀਆਂ? ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ, ਖੁਸ਼ ਰਹੋ ਜੀ, ਤੇ ਆਪਾਂ ਇਸ ਵਲੋਗ ਨੂੰ ਕਰਦੇ ਐਂਡ, ਤੇ ਫਿਰ ਉਸ ਤੋਂ ਬਾਅਦ ਆਪਾਂ ਵਲੋਗ ਐਡਿਟ ਵੀ ਕਰਨਾ, ਸਵੇਰੇ 8 ਵਜੇ ਵਲੋਗ ਆਵੇਗਾ, ਤੁਸੀਂ ਦੇਖਿਓ, ਸਪੋਰਟ ਕਰਿਓ, ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ। ਆਪਾਂ ਮਿਲਦੇ ਹਾਂ ਨੈਕਸਟ ਵਲੋਗ 'ਚ, ਬਾਏ।